ਇੱਕ ਕਾਰ ਚਾਲਕ ਨੂੰ ਨੀਂਦ ਆਉਣ ਦੇ ਕਾਰਨ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਦੋ ਗੱਡੀਆਂ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ, ਜਿਸ ਦੇ ਵਿੱਚ 3 ਦੇ ਕਰੀਬ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਦਰਅਸਲ ਜਾਣਕਾਰੀ ਅਨੁਸਾਰ ਇੱਕ ਵਰਨਾ ਗੱਡੀ ਤੇ ਆਲਟੋ ਗੱਡੀ ਦੇ ਵਿਚਕਾਰ ਇਹ ਟੱਕਰ ਹੋਈ ਹੈ, ਜਿਸ ਦੇ ਵਿੱਚ ਗੱਡੀਆਂ ਦੇ ਅਗਲੇ ਹਿੱਸੇ ਦੋਵੇਂ ਹੀ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਨੇ। ਟਰੈਕਟਰ ਦੀ ਮਦਦ ਦੇ ਨਾਲ ਇਹਨਾਂ ਗੱਡੀਆਂ ਨੂੰ ਸੜਕ ਤੋਂ ਸਾਈਡ ਦੇ ਵਿੱਚ ਕੀਤਾ ਗਿਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜੋ ਆਲਟੋ ਕਾਰ ਸਵਾਰ ਹੈ ਉਸਨੂੰ ਅਚਾਨਕ ਹੀ ਨੀਂਦ ਆ ਗਈ, ਜਿਸ ਦੇ ਕਾਰਨ ਉਸਦੀ ਗੱਡੀ ਬੇਕਾਬੂ ਹੁੰਦੀ ਹੋਈ ਸਾਹਮਣੇ ਤੋਂ ਆ ਰਹੀ ਵਰਨਾ ਗੱਡੀ ਦੇ ਵਿੱਚ ਵੱਜਦੀ ਹੈ, ਜਿਸ ਤੋਂ ਬਾਅਦ ਵਰਨਾ ਗੱਡੀ ਦੇ ਵੀ ਪਰਖੱਚੇ ਉੱਡ ਜਾਂਦੇ ਨੇ। ਹਾਲਾਂਕਿ ਆਲਟੋ ਗੱਡੀ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਦੋਵੇਂ ਗੱਡੀਆਂ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ। ਤਾਂ ਇਸ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਰੀਬ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਇਹ ਹਾਦਸੇ ਦੀਆਂ ਤਸਵੀਰਾਂ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਗੱਡੀ ਜਦੋਂ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਵੱਲ ਤੇ ਦੂਸਰੀ ਗੱਡੀ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਦੇ ਵੱਲ ਜਾ ਰਹੀ ਸੀ, ਤਾਂ ਉਸ ਸਮੇਂ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਹੋਇਆ। ਤਾਂ ਦੱਸ ਦਈਏ ਕਿ ਆਲਟੋ ਕਾਰ ਸਵਾਰ ਨੂੰ ਅਚਾਨਕ ਹੀ ਨੀਂਦ ਆ ਜਾਂਦੀ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਵਾਪਰਿਆ। ਫਿਲਹਾਲ ਆਲਟੋ ਚਾਲਕ ਦੀਆਂ ਦੋਵੇਂ ਲੱਤਾਂ ਕਿਹਾ ਜਾ ਰਿਹਾ ਕਿ ਟੁੱਟ ਗਈਆਂ ਨੇ, ਜਦਕਿ ਵਰਨਾ ਕਾਰ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੇਖੋ ਜੀ, SSI ਟੀਮ ਦੇ ਵੱਲੋਂ ASI ਹਰਪ੍ਰੀਤ ਮੈਂ ਬੋਲਦਾ ਤੇ 2:05 ਰਹਿੰਦੇ ਇੱਕ ਫੋਨ ਆਇਆ ਸੀ ਸਾਨੂੰ ਕੰਟਰੋਲ ਰੂਮ ਤੋਂ ਵੀ ਜੈਨਪੁਰ ਦੇ ਕੋਲ ਇੱਕ ਐਕਸੀਡੈਂਟ ਹੋਇਆ ਆਲਟੋ ਗੱਡੀ ਦਾ ਤੇ ਵਰਨਾ ਦਾ। ਆਲਟੋ ਗੱਡੀ ਵਾਲੇ ਨੂੰ ਕਿਤੇ ਨੀਂਦ ਆ ਗਈ ਆ, ਉਹ ਵਰਨਾ ਕਾਰ ਤੇ ਦੂਸਰੇ ਬੰਨੇ ਆ ਕੇ ਵੱਜਿਆ ਵਾ ਤੇ ਜਿਹਦੇ ਵਿੱਚ 3 ਜਣੇ ਜ਼ਖਮੀ ਹੋਏ ਆ। ਆਲਟੋ ਕਾਰ ਵਾਲੇ ਦੀਆਂ ਕਹਿੰਦੇ ਲੱਤਾਂ ਪ੍ਰੈਸ ਹੋ ਗਈਆਂ ਤੇ ਦੂਜੇ ਉਹ ਕਪੂਰਥਲੇ ਦਾਖਲ ਕਰਾ ਦਿੱਤਾ ਸਰਕਾਰੀ ਹਸਪਤਾਲ 'ਚ ਇਲਾਜ ਵਾਸਤੇ, ਜਿਹੜੇ ਵਰਨਾ ਗੱਡੀ ਵਾਲੇ ਆ ਉਹ ਸੁਲਤਾਨਪੁਰ ਸਰਕਾਰੀ ਹਸਪਤਾਲ ਇਲਾਜ ਵਾਸਤੇ ਦਾਖਲ ਕਰਾਇਆ। ਗੱਡੀਆਂ ਰੋਡ ਤੋਂ ਸਾਈਡ ਤੇ ਕਰਾ ਦਿੱਤੀਆਂ ਰੋਡ ਚੱਲਣ। ਅਗਲੀ ਕਾਰਵਾਈ ਹੁਣ ਚੌਂਕੀ ਵਾਲੇ ਆ ਗਿਆ ਜੀ, ਇਹ ਕਰਨਗੇ ਜੋ ਵੀ ਕਰਨਗੇ। ਜ਼ਖਮੀਆਂ ਕਿੱਥੇ ਦਾਖਲ ਹੋਇਆ? ਸਰਕਾਰੀ ਹਸਪਤਾਲ ਸੁਲਤਾਨਪੁਰ ਲੋਧੀ ਤੇ ਸਰਕਾਰੀ ਹਸਪਤਾਲ ਕਪੂਰਥਲੇ। ਗੱਡੀ ਕਿੱਧਰ ਕਿੱਧਰ ਨੂੰ ਆ ਰਹੀ? ਇੱਕ ਗੱਡੀ ਸੁਲਤਾਨਪੁਰੋਂ ਕਪੂਰਥਲੇ ਜਾ ਰਹੀ ਸੀਗੀ ਤੇ ਇੱਕ ਕਪੂਰਥਲੇ ਤੋਂ ਸੁਲਤਾਨਪੁਰ ਨੂੰ ਜਾ ਰਹੀ। ਇੱਕ ਕਾਰ ਚਾਲਕ ਨੂੰ ਨੀਂਦ ਆਉਣ ਦੇ ਕਾਰਨ ਵੱਡਾ ਹਾਦਸਾ ਵਾਪਰਿਆ। ਦੱਸ ਦਈਏ ਕਿ ਦੋ ਗੱਡੀਆਂ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ, ਜਿਸ ਦੇ ਵਿੱਚ 3 ਦੇ ਕਰੀਬ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਦਰਅਸਲ ਜਾਣਕਾਰੀ ਅਨੁਸਾਰ ਇੱਕ ਵਰਨਾ ਗੱਡੀ ਤੇ ਆਲਟੋ ਗੱਡੀ ਦੇ ਵਿਚਕਾਰ ਇਹ ਟੱਕਰ ਹੋਈ ਹੈ, ਜਿਸ ਦੇ ਵਿੱਚ ਗੱਡੀਆਂ ਦੇ ਅਗਲੇ ਹਿੱਸੇ ਦੋਵੇਂ ਹੀ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਨੇ। ਟਰੈਕਟਰ ਦੀ ਮਦਦ ਦੇ ਨਾਲ ਇਹਨਾਂ ਗੱਡੀਆਂ ਨੂੰ ਸੜਕ ਤੋਂ ਸਾਈਡ ਦੇ ਵਿੱਚ ਕੀਤਾ ਗਿਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜੋ ਆਲਟੋ ਕਾਰ ਸਵਾਰ ਹੈ ਉਸਨੂੰ ਅਚਾਨਕ ਹੀ ਨੀਂਦ ਆ ਗਈ, ਜਿਸ ਦੇ ਕਾਰਨ ਉਸਦੀ ਗੱਡੀ ਬੇਕਾਬੂ ਹੁੰਦੀ ਹੋਈ ਸਾਹਮਣੇ ਤੋਂ ਆ ਰਹੀ ਵਰਨਾ ਗੱਡੀ ਦੇ ਵਿੱਚ ਵੱਜਦੀ ਹੈ, ਜਿਸ ਤੋਂ ਬਾਅਦ ਵਰਨਾ ਗੱਡੀ ਦੇ ਵੀ ਪਰਖੱਚੇ ਉੱਡ ਜਾਂਦੇ ਨੇ। ਹਾਲਾਂਕਿ ਆਲਟੋ ਗੱਡੀ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਦੋਵੇਂ ਗੱਡੀਆਂ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ। ਤਾਂ ਇਸ ਹਾਦਸੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਰੀਬ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਇਹ ਹਾਦਸੇ ਦੀਆਂ ਤਸਵੀਰਾਂ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਗੱਡੀ ਜਦੋਂ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਵੱਲ ਤੇ ਦੂਸਰੀ ਗੱਡੀ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਦੇ ਵੱਲ ਜਾ ਰਹੀ ਸੀ, ਤਾਂ ਉਸ ਸਮੇਂ ਰਸਤੇ ਦੇ ਵਿੱਚ ਇਹ ਭਿਆਨਕ ਹਾਦਸਾ ਹੋਇਆ। ਤਾਂ ਦੱਸ ਦਈਏ ਕਿ ਆਲਟੋ ਕਾਰ ਸਵਾਰ ਨੂੰ ਅਚਾਨਕ ਹੀ ਨੀਂਦ ਆ ਜਾਂਦੀ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਵਾਪਰਿਆ। ਫਿਲਹਾਲ ਆਲਟੋ ਚਾਲਕ ਦੀਆਂ ਦੋਵੇਂ ਲੱਤਾਂ ਕਿਹਾ ਜਾ ਰਿਹਾ ਕਿ ਟੁੱਟ ਗਈਆਂ ਨੇ, ਜਦਕਿ ਵਰਨਾ ਕਾਰ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਵੀ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੇਖੋ ਜੀ, SSI ਟੀਮ
ਦੇ ਵੱਲੋਂ ਏਐਸਆਈ ਹਰਪ੍ਰੀਤ ਮੈਂ ਬੋਲਦਾ ਅਤੇ 2:05 ਰਹਿੰਦੇ ਇੱਕ ਫੋਨ ਆਇਆ ਸੀ ਸਾਨੂੰ ਕੰਡੋਰੂ ਤੋਂ ਵੀ ਜੈਨਪੁਰ ਦੇ ਕੋਲ ਇੱਕ ਐਕਸੀਡੈਂਟ ਹੋਇਆ ਆਲਟੋ ਗੱਡੀ ਦਾ ਅਤੇ ਵਰਨਾ ਦਾ। ਆਲਟੋ ਗੱਡੀ ਵਾਲੇ ਨੂੰ ਕਿਤੇ ਨੀਂਦ ਆ ਗਈ ਆ, ਉਹ ਵਰਨਾ ਕਾਰ 'ਚ ਦੂਸਰੇ ਬੰਨੇ ਆ ਕੇ ਵੱਜਿਆ ਵਾ ਅਤੇ ਜਿਹਦੇ ਵਿੱਚ 3 ਜਣੇ ਜ਼ਖਮੀ ਹੋਏ ਆ। ਆਲਟੋ ਕਾਰ ਵਾਲੇ ਦੀਆਂ ਕਹਿੰਦੇ ਲੱਤਾਂ ਪ੍ਰੈਸ ਹੋ ਗਈਆਂ ਅਤੇ ਦੂਜੇ ਉਹ ਕਪੂਰਥਲੇ ਦਾਖਲ ਕਰਾ ਦਿੱਤਾ ਸਰਕਾਰੀ ਹਸਪਤਾਲ 'ਚ ਇਲਾਜ ਵਾਸਤੇ, ਜਿਹੜੇ ਵਰਨਾ ਗੱਡੀ ਵਾਲੇ ਆ ਉਹ ਸੁਲਤਾਨਪੁਰ ਸਰਕਾਰੀ ਹਸਪਤਾਲ ਇਲਾਜ ਵਾਸਤੇ ਦਾਖਲ ਕਰਾਇਆ। ਗੱਡੀਆਂ ਰੋਡ ਤੋਂ ਸਾਈਡ 'ਤੇ ਕਰਾ ਦਿੱਤੀਆਂ, ਰੋਡ 'ਚ ਲੱਗ ਗਏ। ਅਗਲੀ ਕਾਰਵਾਈ ਹੁਣ ਚੌਂਕੀ ਵਾਲੇ ਆ ਗਿਆ ਜੀ, ਇਹ ਕਰਨਗੇ ਜੋ ਵੀ ਕਰਨਗੇ। ਸਰਕਾਰੀ ਹਸਪਤਾਲ ਸੁਲਤਾਨਪੁਰ ਲੋਧੀ ਅਤੇ ਸਰਕਾਰੀ ਹਸਪਤਾਲ ਕਪੂਰਥਲੇ। ਗੱਡੀ ਕਿੱਧਰ ਕਿੱਧਰ ਨੂੰ ਆ ਰਹੀ? ਇੱਕ ਗੱਡੀ ਸੁਲਤਾਨਪੁਰੋਂ ਕਪੂਰਥਲੇ ਜਾ ਰਹੀ ਸੀਗੀ ਅਤੇ ਇੱਕ ਕਪੂਰਥਲੇ ਤੋਂ ਸੁਲਤਾਨਪੁਰ ਨੂੰ ਜਾ ਰਹੀ।